ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵੀਦ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਤੋਂ ਫਿਰ ਜਿਹੜੀ 32000 ਅਸਾਮੀਆਂ ਤੇ ਭਰਤੀ ਕਰਨ ਨੂੰ ਲੈ ਕੇ ਅਪਡੇਟ ਆਈ ਹੈ ਤੇ ਇਸ ਤੋਂ ਪਹਿਲਾਂ ਕਾਫੀ ਸਾਰੇ ਪਹਿਲਾਂ ਵਾਲੀ ਵੀਡੀਓ ਤੁਹਾਨੂੰ ਅਪਡੇਟ ਦਿੱਤੀ ਸੀ ਤਾਂ ਕਮੈਂਟ ਆਏ ਸੀ ਕਿ 26754 ਭਰਤੀ ਪ੍ਰਕਿਰਿਆ ਕਿਸ ਵੇਲੇ ਜਿਹੜੀ ਪੂਰੀ ਹੋ ਚੁੱਕੀ ਹੈ ਸੋ ਇਹ ਕਦੋਂ ਪੋਸਟਾਂ ਆਈਆਂ ਸੀ ਤਾਂ ਕਮੈਂਟ ਕਰਨੇ ਵੀ ਜਾਇਜ਼ ਸੀ ਤੇ ਨਾਲ ਇਹਨਾਂ ਪੋਸਟਾਂ ਨੂੰ ਲੈ ਕੇ ਵੀ ਅਪਡੇਟ ਹੈ ਜਿਹੜੀ ਆਈ ਹੈ ਇਸੇ ਕਰਕੇ ਤੁਹਾਡੇ ਨਾਲ ਫਿਰ ਤੋਂ ਇਹ ਅਪਡੇਟ ਹੈ ਜਿਹੜੀ ਸ਼ੇਅਰ ਕਰਨ ਜਾ ਰਹੇ ਹਾਂ ਸੋ ਡੇਲੀ ਪੋਸਟਾਂ ਦੀ ਜਾਣਕਾਰੀ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਪੰਜਾਬ ਦੇ ਬੇਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਆਪ ਸਰਕਾਰ 26754 ਸਾਮੀਆਂ ਭਰਨ ਲਈ ਵੱਡੇ ਪੱਧਰ ਤੇ ਭਰਤੀ ਮੁਹਿੰਮ ਜਿਹੜੀ ਸ਼ੁਰੂ ਕਰ ਚੁੱਕੀ ਹੈ ਸੋ ਇਹਦੇ ਵਿੱਚ ਕੁਝ ਪੋਸਟਾਂ ਤਾਂ ਆ ਚੁੱਕੀਆਂ ਨੇ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਜਿਵੇਂ ਕਿ ਟ੍ਰਿਪਲ ਐਸ ਬੀ ਵਿਭਾਗ ਦੇ ਵਿੱਚ ਹੈ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ ਤਾਂ ਇਹਦੇ ਵਿੱਚ ਕਲਰਕ ਕਲਰਕ ਲੀਗਲ ਦੀਆਂ ਫੋਰੈਸਟ ਗਾਰਡ ਦੀਆਂ ਇਸ ਤੋਂ ਇਲਾਵਾ ਹੋਰ ਵਿਭਾਗ ਦੀਆਂ ਅਸਾਮੀਆਂ ਜਿਹੜੀਆਂ ਆਊਟ ਹੋ ਚੁੱਕੀਆਂ ਨੇ ਪਰ ਜਿਹੜੀਆਂ ਮੇਨ ਅਸਾਮੀਆਂ ਨੇ ਖਾਸ ਕਰ ਜਿਨ੍ਹਾਂ ਦੀ ਉਡੀਕ ਹੈਗੀ ਉਹ ਪੰਜਾਬ ਪੁਲਿਸ ਦੇ ਵਿੱਚ ਹੈ ਚਾਹੇ ਜੇਲ ਭਾਗ ਹੈ ਚਾਹੇ ਪੰਜਾਬ ਪੁਲਿਸ ਹੈ ਤੇ ਜਾਂ ਫਿਰ ਅਧਿਆਪਕ ਭਰਤੀ ਹੈ ਟੀਚਰ ਰਿਕਰੂਟਮੈਂਟ ਜਾਂ ਜਿਹਦੇ ਵਿੱਚ ਈਟੀਟੀ ਦੀਆਂ ਪੋਸਟ ਆ ਗਈਆਂ ਬੀਐਡ ਦੀਆਂ ਗਈਆਂ ਪੀਟੀ ਆ ਗਈਆਂ ਸਾਰੀਆਂ ਇਹ ਪੋਸਟ ਜਿਹੜੀਆਂ ਆਊਟ ਹੁੰਦੀਆਂ ਨੇ ਸੋ ਇਹਨਾਂ ਦੇ ਨੋਟੀਫਿਕੇਸ਼ਨ ਹਾਲੇ ਤੱਕ ਇਹ 26754 ਪੋਸਟਾਂ ਨੇ ਜਿਹੜੀਆਂ ਇਦੇ ਵਿੱਚ ਉਹ ਆਊਟ ਨਹੀਂ ਕੀਤੇ ਗਏ ਜਿਸ ਕਰਕੇ ਇਹ ਪ੍ਰਕਿਰਿਆ ਜਿਹੜੀ ਪੂਰੀ ਹੁੰਦੀ ਨਹੀਂ ਦਿਖਾਈ ਦੇਦੀ ਸੋ ਇਹਦੇ ਨਾਲ ਅੱਗੇ ਜੋ ਸੰਗਰੂਪ ਤੋਂ ਵਿਧਾਇਕ ਜਿੱਤੇ ਨੇ ਨਰਿੰਦਰ ਕੌਰ ਭਰਾਜ ਸੋ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਕਿ 32000 ਹੋਰ ਅਸਾਮੀਆਂ ਦੀ ਭਰਤੀ ਜਿਹੜੀ ਸਰਕਾਰ ਖੋਲਣ ਜਾ ਰਹੀ ਹੈ ਤਾਂ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ 26754 ਅਸਾਮੀਆਂ ਭਰਨ ਲਈ ਵੱਡੇ ਪੱਧਰ ਤੇ ਭਰਤੀ ਮੁਹਿੰਮ ਜਿਹੜੀ ਸ਼ੁਰੂ ਕਰ ਚੁੱਕੇ ਨੇ ਭਵੰਤਮਾਨ ਨੇ 26754 ਸਾਮੀਆਂ ਭਰ ਲਈ ਕਿਹਾ ਸੀ ਸੂਬਾ ਸਰਕਾਰ ਇਹਨਾਂ ਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ ਸੋ ਇੱਥੇ ਇਹਨਾਂ ਪੋਸਟਾਂ ਦੇ ਰਿਕਾਰਡਿੰਗ ਜਿਹੜੀ ਇਹਨੇ ਕੀ ਅਪਡੇਟ ਦਿੱਤੀ ਹੈ ਕਿ ਇਹ ਸਰਕਾਰ ਹੈ ਜਿਹੜੀ ਇਸ ਭਰਤੀ ਪ੍ਰਕਿਰਿਆ ਨੂੰ 26754 ਪੋਸਟਾਂ ਨੇ ਪਾਰਦਰਸ਼ੀ ਅਤੇ ਨਿਰਪੱਖ ਢੰਗ ਦੇ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ ਯਾਨੀ ਕਿ ਇਹ ਪ੍ਰੋਸੈਸ ਚੱਲ ਰਿਹਾ ਹੈ ਪ੍ਰੋਸੈਸ ਅਧੀਨ ਹੈ ਅੱਗੇ ਕਦੋਂ ਇਹਨਾਂ ਦੇ ਵਿੱਚੋਂ ਪੰਜਾਬ ਪੁਲਿਸ ਦੀ ਭਰਤੀ ਆਏਗੀ ਕਦੋਂ ਅਧਿਆਪਕਾਂ ਦੀ ਭਰਤੀ ਆਏਗੀ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਬਾਕੀ ਅਗੇ ਜੋ ਅਪਡੇਟਸ ਹੋਣਗੀਆਂ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ